ਸਤਿ ਸ਼੍ਰੀ ਅਕਾਲ, ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ਼ ਦੇਖ ਰਹੇ ਪ੍ਰੋਗਰਾਮ ਦੇ ਵਿੱਚ। ਅਤੇ ਖਾਸ ਮੈਂ ਕਹੂੰਗਾ ਉਹਨਾਂ ਦਾ ਸਵਾਗਤ ਜਿਹੜੇ ਰੋਜ਼ ਇਸ ਸ਼ੋਅ ਦੇ ਵਿੱਚ ਜੁੜਦੇ ਨੇ ਅਤੇ ਪਿਆਰ ਦਿੰਦੇ ਆ ਰਹੇ ਨੇ। ਇਸੇ ਤਰ੍ਹਾਂ ਦੀ ਪਿਆਰ ਦੀ ਉਮੀਦ ਰੱਖਦੇ ਹੋਏ ਅਸੀਂ ਰੋਜ਼ ਇੱਕ ਨਵਾਂ ਟੌਪਿਕ ਲੈ ਕੇ ਹਾਜ਼ਰ ਹੁੰਦੇ ਹਾਂ ਅਤੇ ਕੋਸ਼ਿਸ਼ ਕਰਦੇ ਹਾਂ ਤੁਹਾਡੇ ਲਈ ਹਰ ਇੱਕ ਇਨਫੋਰਮੇਸ਼ਨ ਜਿਹੜੀ ਸਟੂਡੈਂਟ ਵੀਜ਼ਾ ਨੂੰ ਲੈ ਕੇ, ਸਟੂਡੈਂਟ ਪਰਮਿਟ ਨੂੰ ਲੈ ਕੇ ਜ਼ਰੂਰੀ ਹੈ, ਉਹ ਤੁਹਾਡੇ ਅੱਗੇ ਸ਼ੇਅਰ ਕਰੀਏ। ਅੱਜ ਵੀ ਕੁਛ ਨਵੀਆਂ, ਕੁਛ ਪੁਰਾਣੀਆਂ, ਕੁਛ ਤੁਹਾਡੇ ਲਈ ਜ਼ਰੂਰੀ ਗੱਲਾਂ ਅਸੀਂ ਸਾਂਝੀਆਂ ਕਰਾਂਗੇ। ਉਹ ਕੰਟਰੀ ਜਿਹੜੇ ਰਹਿਣਗੇ ਕੈਨੇਡਾ, ਆਸਟ੍ਰੇਲੀਆ, ਅਤੇ ਜੇ ਟਾਈਮ ਬਚਿਆ ਤਾਂ ਜ਼ਰੂਰ ਯੂਰਪ ਬਾਰੇ ਵੀ ਗੱਲ ਕਰਾਂਗੇ। ਸਾਰੀ ਡਿਸਕਸ਼ਨ ਕਰਨ ਦੇ ਲਈ ਤੁਹਾਨੂੰ ਪਤਾ ਅੱਜ ਦੇ ਦਿਨ ਅਸੀਂ ਇਸ ਟਾਈਮ ਸੱਦਾ ਦਿੰਦੇ ਹਾਂ ਵੈਸਟਰਨ ਓਵਰਸੀਜ਼ ਤੋਂ ਪ੍ਰਦੀਪ ਜੀ ਨੂੰ। ਪ੍ਰਦੀਪ ਜੀ, ਬਹੁਤ ਬਹੁਤ ਸਵਾਗਤ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸ਼ੁਰੂਆਤ ਕਰਾਂਗੇ ਜੀ ਕੈਨੇਡਾ ਨੂੰ ਲੈ ਕੇ, ਉਸ ਤੋਂ ਬਾਅਦ ਆਸਟ੍ਰੇਲੀਆ ਨੂੰ, ਅਤੇ ਫਿਰ ਯੂਰਪ ਨੂੰ ਲੈ ਕੇ ਵੀ ਡਿਸਕਸ਼ਨ ਜਿਹੜੀ ਹੈ ਉਹ ਜਾਰੀ ਰੱਖਾਂਗੇ। ਕੈਨੇਡਾ ਇਸ ਲਈ ਕਿਉਂਕਿ ਸਾਡੇ ਪੰਜਾਬੀਆਂ ਦਾ ਡ੍ਰੀਮ ਡੈਸਟੀਨੇਸ਼ਨ, ਫਸਟ ਡੈਸਟੀਨੇਸ਼ਨ ਆਫ ਚੋਇਸ ਕਹਿ ਲਈਏ, ਉਹ ਕੈਨੇਡਾ ਰਹਿੰਦਾ। ਕੀ ਪ੍ਰੈਜ਼ੈਂਟ ਸਿਨੈਰੀਓ ਸਰ ਕੈਨੇਡਾ ਨੂੰ ਲੈ ਕੇ? ਸਰ ਅੱਜ ਕੀ ਡੇਟ ਮੈਂ ਮਤਲਬ ਕਹੀਂ ਨਾ ਕਹੀਂ ਇਮੀਗ੍ਰੇਸ਼ਨ ਵੀ ਟਾਈਟ ਹੈ ਔਰ ਏਅਰਪੋਰਟ ਪੇ ਵੀ ਇਮੀਗ੍ਰੇਸ਼ਨ ਟਾਈਟ ਹੈ, ਐਮਬੈਸੀ ਤੋਂ ਹੈ ਹੀ ਹੈ, ਇਮੀਗ੍ਰੇਸ਼ਨ ਵੀ ਟਾਈਟ ਹੋ ਰੱਖੀ ਹੈ। ਕਾਫੀ ਲੋਕ ਵਾਪਸ ਆਏ ਹੈ, ਈਵਨ ਕਿ ਟੂਰਿਸਟ ਵੀਜ਼ਾ ਪੇ ਵੀ ਵਾਪਸ ਆਏ ਹੈ ਔਰ ਸਟੂਡੈਂਟ ਵੀਜ਼ਾ ਪੇ ਵੀ ਵਾਪਸ ਆਏ ਹੈ। ਤੋ ਯੇ ਸਟੂਡੈਂਟਸ ਕੋ ਥੋੜਾ ਸਾ ਸਮਝਣਾ ਪੜੇਗਾ ਕਿ ਜਬ ਵੀ ਆਪਕਾ ਵੀਜ਼ਾ ਲੱਗਿਆ, ਇਟ ਡਸ ਨੋਟ ਮੀਨ ਕਿ ਬਈ ਆਪਨੇ ਫਤਿਹ ਪਾ ਲਈ ਹੈ। ਅਭੀ ਬਹੁਤ ਕੁਛ ਬਾਕੀ ਹੈ, ਆਪਕੋ ਯਹਾਂ ਦਿੱਲੀ ਏਅਰਪੋਰਟ ਵੀ ਕਲੀਅਰ ਕਰਨਾ ਹੈ, ਇਸਕੇ ਬਾਅਦ ਫਿਰ ਆਪਣੇ ਟੋਰੋਂਟੋ, ਵੈਨਕੂਵਰ, ਜਹਾਂ ਵੀ ਆਪ ਜਾ ਰਹੇ ਹੋ ਵੋ ਵੀ ਆਪਕੋ ਮਤਲਬ ਆਪਨੇ ਕਵਰ ਕਰਨਾ ਹੈ। ਬਹੁਤ ਕਾਫੀ ਸਟੂਡੈਂਟਸ ਕੇ ਪਿੱਛੇ ਹਮੇ ਵੀ ਫੋਨ ਆਏ ਹੈ ਔਰ ਈਵਨ ਕਿ ਕਾਫੀ ਏਜੰਟਸ ਵੀ ਫੋਨ ਕਰਤੇ ਕਿ ਭਾਜੀ ਏਅਰਪੋਰਟ ਪੇ ਬੱਚਾ ਫਸਾ ਹੁਆ ਹੈ, ਪਿਛਲੇ 4 ਘੰਟੇ ਸੇ ਲਗਾਤਾਰ ਉਸਸੇ ਵੈਰੀਫਿਕੇਸ਼ਨਸ ਹੋ ਰਹੀ ਹੈ ਔਰ ਈਵਨ ਇਸਮੇ ਸੇ ਕੁਛ ਐਸੀ ਚੀਜ਼ ਵੀ ਨਿਕਲ ਗਈ ਕਿ ਵੋ ਦਿੱਲੀ ਵਾਪਸ ਆ ਗਏ। ਇੰਟਰਵਿਊ ਕੀਤੀ ਜਾ ਰਹੀ ਹੈ ਜੀ ਜੀ। ਸਰ ਇਹ ਜਿਹੜੀ ਇੰਨੀ ਸਟ੍ਰਿਕਟ ਹੋਣਾ, ਇੱਕ ਤਾਂ ਗੱਲ ਹੋਈ ਵੀ ਐਮਬੈਸੀ ਸਟ੍ਰਿਕਟ ਹੈ, ਵੀਜ਼ਾ ਹੀ ਨਹੀਂ ਮਿਲ ਰਿਹਾ, ਵੀਜ਼ਾ ਰਿਜੈਕਟ ਹੋ ਜਾਣਾ, ਉਹ ਇੱਕ ਅਲੱਗ ਚੀਜ਼ ਆ, ਸਾਹਮਣੇ ਕਈ ਵਾਰੀ ਆਈ ਹੈ। ਅੱਜ ਇਮੀਗ੍ਰੇਸ਼ਨ ਦਾ ਵੀ ਸਟ੍ਰਿਕਟ ਹੋ ਜਾਣਾ, ਇਹ ਕੀ ਸਾਈਨ ਦਿੰਦਾ ਅਤੇ ਵਜ੍ਹਾ ਕੀ ਹੈ ਇਹਦੀ? ਦੇਖੀਏ, ਮੈਂ ਪਿਛਲੇ ਸਾਲ ਜਬ ਉਸ ਕੈਨੇਡਾ ਮੈਂ ਥਾ ਤੋ ਮੇਰੀ ਕੁਛ ਯੂਨੀਵਰਸਿਟੀਜ਼ ਔਰ ਕਾਲਜ ਮੈਂ ਮੀਟਿੰਗ ਹੋਈ ਤੋ ਜਬ ਹਮ ਬੈਠੇ ਆਰਾਮ ਸੇ ਮਤਲਬ ਚਾਹੇ ਵੋ ਸ਼ਾਮ ਕੋ ਬੈਠੇ ਚਾਹੇ ਡੇ ਟਾਈਮ ਮੈਂ ਬੈਠੇ ਤੋ ਬਾਤ ਕਰਨੇ ਮੈਂ ਇੱਕ ਚੀਜ਼ ਨਿਕਲ ਗਈ। ਇੱਕ ਕਾਲਜ ਮੁਝੇ ਬੋਲਤਾ ਹੈ ਕਿ ਭਾਅ ਜੀ ਮੇਰੇ ਪਾਸ ਸਟੂਡੈਂਟ ਆਤਾ ਹੈ, ਇੰਡੀਅਨ ਥਾ ਉਹ ਪਰਸਨ ਮਾਰਕੀਟਿੰਗ ਰੈਪ ਵਾਲਾ, ਤੋ ਕਿ ਬਈ ਇੱਕ ਸਟੂਡੈਂਟ ਆਤਾ ਹੈ ਮੇਰੇ ਪਾਸ ਕਿ ਜੀ ਮੈਨੇ ਆਪਕੇ ਕਾਲਜ ਮੈਂ ਐਡਮਿਸ਼ਨ ਹੈ ਮੇਰਾ, ਤੋ ਦੇਖਾ ਕਿ ਬੱਚੇ ਕੇ ਪਾਸ ਵੀਜ਼ਾ ਹੈ, ਸਭ ਕੁਛ ਹੈ ਔਰ ਹਮਾਰੇ ਰਿਕਾਰਡ ਮੈਂ ਹੈ ਨਹੀਂ, ਮਤਲਬ ਉਸਕੋ ਏਜੰਟਸ ਨੇ ਫੇਕ ਫਿਰ ਰਿਸਿਪਟ ਬਣਾ ਕੇ ਦੇ ਦੀ ਔਰ ਆਪਣਾ ਪੈਸੇ ਸਾਰੇ ਖਾ ਗਿਆ, ਮਤਲਬ ਅੰਬੈਸੀ ਅੱਗੇ ਝੂਠ ਰੱਖਿਆ ਗਿਆ ਸਾਰਾ। ਤੋ ਇੱਕ ਤੋਂ ਯੇ ਰੀਜ਼ਨਸ, ਤੋ ਉਸ ਤਰੀਕੇ ਸੇ ਕਿਹਾ ਕਿ ਐਮਬੈਸੀ ਅਬ ਕਾਲਜ ਕਿਆ ਕਰੇਗਾ, ਕਾਲਜ ਇਮੀਗ੍ਰੇਸ਼ਨ ਕੋ ਬੋਲੇਗਾ ਕਿ ਐਸੇ ਐਸੇ ਸਟੂਡੈਂਟ ਆਇਆ ਹੈ, ਮੇਰਾ ਸਟੂਡੈਂਟ ਹੈ ਨਹੀਂ, ਮੈਨੇ ਇਸਕੋ ਆਫਰ ਦਿਆ ਨਹੀਂ, ਮੇਰੇ ਪਾਸ ਫੀਸ ਆਈ ਨਹੀਂ ਔਰ ਈਵਨ ਕਿ ਮੇਰੀ ਫੀ ਰਿਸਿਪਟ ਲੈ ਕੇ ਮੇਰੇ ਨਾਮ ਸੇ ਬੱਚਾ ਵੀਜ਼ਾ ਲੈ ਕੇ ਆਇਆ, ਕਿਉਂਕਿ ਉਹਦੀ ਡਿਊਟੀ ਹੈ, ਉਹਨੇ ਇਮੀਗ੍ਰੇਸ਼ਨ ਨੂੰ ਕਰਨਾ ਹੈ ਇਨਫੋਰਮ ਵੀ ਇਹ ਹੋਇਆ। ਇੱਕ ਇਹ ਰੀਜ਼ਨ ਹੈ ਕਿ ਇਮੀਗ੍ਰੇਸ਼ਨ ਫਿਰ ਮਤਲਬ ਬਾਤ ਕਰਨੀ ਸ਼ੁਰੂ ਕਰਦੀ ਹੈ, ਵੈਰੀਫਾਈ ਕਰਨਾ ਸ਼ੁਰੂ ਕਰਦੀ ਹੈ। ਦੂਸਰਾ, ਜੀ ਆਈ ਸੀ ਵੀ ਫੇਕ ਪਕੜੇ ਗਏ ਹੈ। ਅੱਛਾ, ਜੀ ਆਈ ਸੀ ਮਤਲਬ ਗਾਰੰਟੀਡ ਇਨਵੈਸਟਮੈਂਟ ਸਰਟੀਫਿਕੇਟ, ਅਕਾਊਂਟ ਹੈ ਹੀ ਨਹੀਂ, ਫੇਕ ਐਡਿਟ ਕਰਕੇ ਬਣਾ ਕੇ ਫਾਈਲ ਐਮਬੈਸੀ ਮੈਂ ਲਗਾ ਦੀ, ਬੱਚੇ ਕਾ ਵੀਜ਼ਾ ਲੱਗਿਆ, ਬੱਚਾ ਪਹੁੰਚ ਗਿਆ, ਇਹ ਵੀ ਇੱਕ ਰੀਜ਼ਨ ਹੈ। ਤੀਸਰਾ ਰੀਜ਼ਨ, ਡਾਕੂਮੈਂਟ ਐਡਿਟ ਕਰਕੇ ਰੱਖੇ ਗਏ ਬੱਚੇ ਕੇ, ਠੀਕ ਹੈ। ਤੋ ਉਸਮੇ ਵੀ ਫਸਤਾ ਹੈ, ਕਾਫੀ ਬੱਚੇ ਜਬ ਕਾਲਜ ਮੈਂ ਪਹੁੰਚਤੇ ਹੈ, ਜਬ ਉਨਸੇ ਪੁੱਛਾ ਜਾਤਾ ਹੈ ਕਿ ਬਈ ਸ਼ੋ ਮੀ ਯੋਰ ਓਰੀਜਨਲ ਡਾਕੂਮੈਂਟਸ, ਤੋ ਸਟੂਡੈਂਟਸ ਕੇ ਪਾਸ ਕੁਛ ਵੀ ਨਹੀਂ ਹੈ ਦਿਖਾਨੇ ਕੇ ਲੀਏ ਓਰੀਜਨਲ, ਤੋ ਵੋ ਇੱਕ ਰੀਜ਼ਨ ਹੈ। ਅਗੇਨ ਕਾਲਜ ਕਿਆ ਕਰੇਗਾ, ਯੂਨੀਵਰਸਿਟੀ ਕਿਆ ਕਰੇਗੀ, ਐਮਬੈਸੀ ਕੋ ਉਸਕੋ ਇਮੀਗ੍ਰੇਸ਼ਨ ਕੋ ਲਿਖੇ ਕਿ ਬਈ ਐਸੇ ਐਸੇ ਸਟੂਡੈਂਟ, ਡੋਜੀ ਸਟੂਡੈਂਟਸ ਆ ਰਹੇ ਹੈ, ਠੀਕ ਹੈ। ਤੀਸ ਚੌਥਾ, ਜਬ ਇਹ ਚੀਜ਼ਾਂ ਹੋ ਰਹੀ ਹੈ ਤੋ ਆਟੇ ਮੈਂ ਗੁਣ ਵੀ ਪਿਸਤਾ ਹੈ ਕਿ ਇੱਕ ਜੈਨੂਅਨ ਸਟੂਡੈਂਟਸ ਵੀ ਵਾਪਸ ਆ ਸਕਤਾ ਹੈ। ਜਬ ਇਮੀਗ੍ਰੇਸ਼ਨ ਸਟ੍ਰਿਕਟ ਹੈ, ਜਬ ਐਮਬੈਸੀ ਪੁੱਛ ਰਹੀ ਹੈ, ਇਮੀਗ੍ਰੇਸ਼ਨ ਪੁੱਛ ਰਹੀ ਹੈ, ਜਬ ਏਅਰਪੋਰਟ ਪੇ ਇਮੀਗ੍ਰੇਸ਼ਨ ਆਫਿਸਰ ਪੁੱਛ ਰਹੇ ਹੈ ਕਿ ਵੇਅਰ ਯੂ ਆਰ ਗੋਇੰਗ, ਵੁੱਡ ਯੂ ਟੈਲ ਮੀ ਅਬਾਊਟ ਯੂਅਰ ਫੀਸ ਸਟਰਕਚਰ, ਕਿਆ ਆਪ ਬਤਾਓਗੇ ਕਿਸ ਕਾਲਜ ਮੈਂ ਜਾ ਰਹੇ ਹੋ, ਕਾਲਜ ਕੀ ਵੈਬਸਾਈਟਸ ਕਿਆ ਹੈ, ਆਪਕੋ ਕੋਈ ਔਰ ਆਪ ਸ਼ੋ ਮੀ ਯੂਅਰ ਓਰੀਜਨਲ ਡਾਕੂਮੈਂਟਸ, ਸ਼ੋ ਮੀ ਯੂਅਰ ਜੀ ਆਈ ਸੀ। ਤੋ ਜਬ ਇਹ ਚੀਜ਼ਾਂ ਡਿਟੇਲਡ ਮੈਂ ਪੁੱਛੀ ਜਾ ਰਹੀ ਹੈ ਤੋ ਸਟੂਡੈਂਟ ਪ੍ਰੈਜੈਂਟੇਬਲ ਨਹੀਂ ਹੈ, ਸਟੂਡੈਂਟ ਓਰੀਜਨਲ 6 ਬੈਂਡ ਲੈ ਕੇ ਵੀ ਵੀਜ਼ਾ ਲੈ ਕੇ ਵੀ ਬੋਲ ਨਹੀਂ ਪਾਤਾ, ਕੌਨਫੀਡੈਂਟ ਨਹੀਂ ਹੈ। ਅਬ ਵੀਜ਼ਾ ਇਮੀਗ੍ਰੇਸ਼ਨ ਆਫਿਸਰ ਕਿਆ ਕਰੇਗਾ, ਡਿਪੋਰਟਿੰਗ ਕਰੇਗਾ, ਜਾ ਵੀ ਆਪਣੇ ਘਰ ਜਾ, ਐਂਟਰੀ ਡਿਨਾਈ ਕਰ ਦੇ, ਐਂਟਰੀ ਡਿਨਾਈ ਕਰ ਦੀ। ਹੁਣ ਇਹਦੇ 'ਚ ਬਿਲਕੁਲ ਬਹੁਤ ਵਧੀਆ ਗੱਲ ਕੀਤੀ, ਇੱਥੇ ਐਮਬੈਸੀ ਅਤੇ ਇਮੀਗ੍ਰੇਸ਼ਨ ਦੋਨੋਂ ਅਲੱਗ ਅਲੱਗ ਤਰ੍ਹਾਂ ਦਾ ਸਖਤ ਹੋਣਾ, ਉਹਦੇ ਵਿੱਚ ਗਲਤੀਆਂ ਕੁਛ ਸਾਡੀਆਂ, ਕੁਛ ਸਾਡੇ ਏਜੰਟਾਂ ਦੀਆਂ ਨੇ, ਉਹਦੇ ਵਿੱਚ ਨਿਕਲ ਕੇ ਵਜ੍ਹਾ ਸਾਹਮਣੇ ਆਈ ਹੈ, ਜੀ ਆਈ ਸੀ ਗਲਤ, ਫੇਕ, ਗਲਤ ਵੀ ਨਹੀਂ ਕਹਿ ਸਕਦੇ, ਫੇਕ ਲਾਉਣਾ, ਫਿਰ ਇਨਫੋਰਮੇਸ਼ਨ ਫੇਕ ਦੇਣਾ ਵੀ ਮੈਂ ਇਸ ਕਾਲਜ 'ਚ ਚੱਲਿਆ ਜਦਕਿ ਕਾਲਜ ਕੋਲ ਡਿਟੇਲ ਨਹੀਂ ਹੈ, ਫਿਰ ਫੈਬਰੀਕੇਟਿਡ ਡਾਕੂਮੈਂਟ ਲੈਣੇ ਵੀ ਮੈਂ ਸਟੱਡੀ ਇਹ ਕੀਤੀ ਹੈ ਅਤੇ ਐਕਚੁਅਲ ਦੇ ਵਿੱਚ ਉਹ ਨਹੀਂ ਹੁੰਦੀ। ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਜਿਹਦੇ ਕਰਕੇ ਇਮੀਗ੍ਰੇਸ਼ਨ ਅਤੇ ਅੰਬੈਸੀ ਜਿਹੜੀ ਆ ਉਹ ਸਖਤ ਹੁੰਦੀ ਨਜ਼ਰ ਆਉਂਦੀ ਹੈ। ਜੀ ਜੀ।
ਸਰ ਇਹ ਸਾਰੀਆਂ ਚੀਜ਼ਾਂ ਦਾ ਜੇ ਨਿਚੋੜ ਦੇਖੀਏ ਤਾਂ ਉਹ ਹੈ ਸਿਲੈਕਸ਼ਨ ਆਫ ਕੰਸਲਟੈਂਟ। ਜਿੱਥੇ ਗਲਤ ਕਰ ਲਿਆ ਉੱਥੇ ਇਨਫੋਰਮੇਸ਼ਨ ਵੀ ਗਲਤ ਜਾਏਗੀ, ਫੈਬਰੀਕੇਟਡ ਡਾਕੂਮੈਂਟ ਵੀ ਲੱਗਣਗੇ, ਵਿਦ ਇਨਫੋਰਮੇਸ਼ਨ ਜੀ ਆਈ ਸੀ ਵੀ ਗਲਤ ਹੋਏਗਾ ਜੀ ਜੀ, ਚਾਂਸਿਸ ਨਹੀਂ ਜੀ ਜੀ। ਸੋ ਉਹ ਉਸ ਚੀਜ਼ ਨੂੰ ਮੇਜਰ ਦੇਖਦੇ ਹੋ ਜਾਂ ਹੋਰ ਕੋਈ ਵਜ੍ਹਾ ਇਹਦੇ ਵਿੱਚ? ਹੋਰ ਵੀ ਵਜ੍ਹਾ ਹੈ ਜੀ, ਬੱਚੇ ਦੀ ਕਮਿਊਨੀਕੇਸ਼ਨ ਸਕਿੱਲਸ ਵੀ ਸਟਰੋਂਗ ਨਹੀਂ ਹੁੰਦੀ, ਬੱਚਾ ਬੋਲ ਹੀ ਨਹੀਂ ਪਾਤਾ। ਜਬ ਆਪਕਾ ਵੀਜ਼ਾ ਲੱਗ ਗਿਆ, ਆਪਕੋ ਯਹਾਂ ਸੇ ਡੀਪਲੀ ਰਿਸਰਚ ਕਰਕੇ ਜਾਣਾ ਪੜੇਗਾ ਕਿ ਆਪ ਟੋਰੋਂਟੋ ਜਾ ਰਹੇ ਹੋ ਤੋ ਟੋਰੋਂਟੋ ਕਹਾਂ ਜਾ ਰਹੇ ਹੋ, ਆਪਣੇ ਰੁਕਣਾ ਕਹਾਂ ਪੇ ਹੈ, ਆਪਕਾ ਕਾਲਜ ਕਹਾਂ ਪੇ ਹੈ। ਜਬ ਆਪਕੀ ਕਮਿਊਨੀਕੇਸ਼ਨ ਸਕਿੱਲਸ ਹੀ ਨਹੀਂ ਹੈ ਤੋ ਕੁਛ ਵੀ ਨਹੀਂ ਹੋ ਸਕਤਾ। ਤੋ ਆਪਕੀ ਅਗਰ ਇੰਗਲਿਸ਼ ਠੀਕ ਹੈ, ਆਪ ਪ੍ਰੈਜੈਂਟੇਬਲ ਹੋ, ਆਪ ਬੋਲ ਸਕਤੇ ਹੋ, ਆਪ ਰਾਈਟਿੰਗ ਅਗਰ ਆਪਕੀ ਸਕਿੱਲਸ ਅੱਛੀ ਹੈ ਤੋ ਡੈਫੀਨੇਟਲੀ ਯੂ ਕੈਨ। ਸੈਕਿੰਡਲੀ, ਗਲਤ ਤੋ ਗਲਤ ਹੈ ਕਿ ਆਪ ਅਗਰ ਫੇਕ ਕੰਸਲਟੈਂਟ ਕੇ ਪਾਸ ਜਾ ਕੇ ਫੇਕ ਡਾਕੂਮੈਂਟ ਲੈ ਕੇ ਫੇਕ ਚੀਜ਼ ਕਰਕੇ ਅਗਰ ਜਾ ਰਹੇ ਹੋ, ਪਹੁੰਚ ਤੋ ਗਏ ਵਹਾਂ ਜਾ ਕੇ, ਭਲਾ ਆਪਕਾ ਵੀ ਨਹੀਂ ਹੋਣਾ ਹੈ, ਕਿਉਂਕਿ ਉਸਕੇ ਬਾਅਦ ਆਪਕੋ ਜਬ ਪੀ ਆਰ ਹੋਣੀ ਹੈ ਤਬ ਵੀ ਪ੍ਰੋਬਲਮ ਹੈ, ਔਰ ਡੂਰਿੰਗ ਸਟੱਡੀ ਵੀ ਜਬ ਕਾਲਜ ਆਪਸੇ ਪੁੱਛੇਗਾ ਤਾਂ ਉਹ ਵੀ ਆਪਕੋ ਡਿਪੋਰਟ ਕਰ ਦੇਗਾ। ਔਰ ਐਸਾ ਹੁਆ ਹੈ, ਪਾਸਟ ਮੇਂ ਆਸਟ੍ਰੇਲੀਆ ਮੇਂ ਵੀ ਹੁਆ ਹੈ, ਪਾਸਟ ਮੇਂ ਨਿਊਜ਼ੀਲੈਂਡ ਮੇਂ ਵੀ ਹੁਆ ਹੈ, ਔਰ ਅਭੀ ਆਪ ਕੈਨੇਡਾ ਮੇਂ ਵੀ ਦੇਖ ਰਹੇ ਹੈ। ਤੋ ਮੈਂ ਇੱਕ ਗੁੱਡ, ਜੇ ਇੱਕ ਤਾਂ ਖਤਰਾ ਹੁੰਦਾ ਸੀ ਪਹਿਲੇ ਵੀ ਬੱਚੇ ਦਾ ਵੀਜ਼ਾ ਨਹੀਂ ਲੱਗਣਾ ਜੀ ਜੀ, ਅੱਜ ਜਿਹੜਾ ਮਾਹੌਲ ਤੁਸੀਂ ਦੱਸ ਰਹੇ ਹੋ, ਜੇ ਵੀਜ਼ਾ ਵੀ ਲੱਗ ਗਿਆ, ਬੱਚੇ ਦੇ ਕਮਿਊਨੀਕੇਸ਼ਨ ਸਕਿੱਲਸ ਨਹੀਂ ਹੈ ਆਇਲਸ ਦੇ ਬਾਵਜੂਦ ਵੀ, ਜੇ ਉੱਥੇ ਕਲਾਸ 'ਚ ਪੜ੍ਹ ਨਾ ਪਾਇਆ, ਉਹ ਵੀ ਡਿਪੋਰਟ ਹੋ ਸਕਦਾ। ਡੈਫੀਨੇਟਲੀ। ਤੋ ਮੈਂ ਇੱਕ ਚੀਜ਼ ਬੋਲਣਾ ਚਾਹੂੰਗਾ, ਵੀ ਬਾਤ ਚੱਲ ਹੀ ਰਹੀ ਹੈ, ਤੋ ਵੈਸਟੋਂਸੀ ਟਾਈਮ ਟੂ ਟਾਈਮ ਇਸ ਟਾਈਪ ਕੇ ਕੰਪਟੀਸ਼ਨ ਹਮੇਸ਼ਾ ਕਰਾਤਾ ਰਿਹਾ ਹੈ, ਚਾਹੇ ਉਹ ਆਇਲਸ ਰਿਐਲਿਟੀ ਟੈਸਟ ਕੋ ਲੈ ਕੇ ਜਾਂ ਪੀ ਟੀ ਕੋ ਲੈ ਕੇ। ਅਭੀ ਇੱਕ ਮੇਰਾ ਅੰਮ੍ਰਿਤਸਰ ਮੇਂ ਇੱਕ ਇਵੈਂਟ ਹੋਣੇ ਜਾ ਰਿਹਾ ਹੈ, ਐਸੇ ਰਾਈਟਿੰਗ ਕੰਪਟੀਸ਼ਨ ਹੋ ਰਿਹਾ ਹੈ, ऐसे राइटिंग कंपटीशन 10 जनवरी को सुबह 11 बजे। मेरा जो ऑफिस है वो रणजीत वेन्यू बी ब्लॉक अनेजा टावर में है, फोर्थ फ्लोर पे। आप वहाँ आके ऐसे राइटिंग कंपटीशन भी अपने आप को जज कर सकते हो, और आप चाहे आपने आयल्स कर ली है, चाहे आप आयल्स करने की सोच रहे हैं या पीटी करने की सोच रहे हैं, या अभी स्टूडेंट है किसी ने किसी इंस्टीट्यूट्स में पढ़ रहे हैं, कम टू मी फ्री ऑफ कॉस्ट। ये हमने ऐसे राइटिंग टेस्ट रखा है फॉर आयल्स पी टी एंड स्पोकन स्टूडेंट्स के लिए। जो 3 टॉप स्टूडेंट्स होंगे उनको कोई ना कोई गिफ्ट भी दिया जाएगा, साथ साथ में आप किसी भी इंस्टीट्यूट में पढ़ रहे हो कोई प्रॉब्लम नहीं है, आपको फ्री आयल्स में स्पीकिंग की मास्टर क्लास भी दी जाएगी। तो 10 तारीख को याद रखना, टाइम पर जरूर पहुँचना। इहदा कारण की जिहड़े वख वख समय ते टेस्ट लेने, इन्हां दा किसी भी होर कंसल्टेंट को या होर अकैडमी दे विच पढ़ के आना, जजमेंट तुसीं करनी, की कारण है? देखो सर, हम एक ऐसी इंडस्ट्री में, सर्विस इंडस्ट्री में, जरूरी नहीं है कि जिस बच्चे ने मेरे से वीज़ा नहीं भी लगवाना, अगर मैं उसका कहीं काम आ सकूँ, वेल एंड गुड, क्योंकि ये माउथ पब्लिसिटी का बिजनेस है। अगर स्टूडेंट का मैं कहीं भला करता हूँ, वो हमेशा डायरेक्ट इनडायरेक्ट वे में हमेशा बोलेगा कि वेस्टर्न और सीजा प्रदीप जी हैं, वहाँ पे फैकल्टीज अच्छी हैं, वहाँ पे उनकी सर्विसेज अच्छी है। चलो इस बच्चे ने आज कहीं और से की, बट मैं कहीं ना कहीं उस बच्चे के काम आ पाया। एक और भी मैं बता रहा हूँ, आने वाले टाइम में, मतलब इस साल के हमारे टारगेट हैं, इस साल से जनवरी से, जनवरी ऑनवर्ड, जहाँ जहाँ हमारे सेंटर नहीं हैं, हम वहाँ पे कोई स्कूल, कोई कॉलेज या कोई होटल रेस्टोरेंट बड़ा हॉल बुक करके, जैसे आईडीपी और ब्रिटिश काउंसिल कर रहा है, ऐसे हम टेस्ट बच्चों के एग्ज़ाम कंडक्ट करने जा रहे हैं आयल्स और पीटी वालों के, रियल इन्वायरमेंट, और ताकि बच्चे अपने आप को असेस कर पाएं कि वो कहाँ पे स्टैंड करते हैं। अच्छा, ये हम यमुनानगर से शुरू करेंगे इस महीने, और एंड में ये पूरा हरियाणा, दिल्ली, राजस्थान, पंजाब, हर जगह पर जाके बच्चों के टेस्ट लेंगे। प्रदीप जी, ये जिहड़ियां चीज़ां हो रही हैं, ये एम्बेसी या इमीग्रेशन नूं सख्त देखते हुए बच्चों लिए हेल्पफुल भी हो सकती है, वो भी नज़रिया है कितने? डेफिनेटली सर, देखिए हम एक नॉन इंग्लिश कंट्री में रह रहे हैं, इंग्लिश कंट्री में जाना है। ये अगर बहुत से बच्चे ऐसे होते हैं जो कैपेबल होते हैं लेकिन फाइनल एग्जाम में अच्छा परफॉर्म नहीं कर पाते, तो उन बच्चों का जो र्यूमर है, जो उन बच्चों का जो फियर फैक्टर है, वो दूर करने के लिए हम इस टाइप की चीज़ें कर रहे हैं। मेरा टारगेट हर एक इंडियन स्टूडेंट तक पहुंचना है, जो बच्चा अब्रॉड में जाना चाहता है या इंडिया में सेटल होना चाहता है, उसकी कम्युनिकेशन स्किल्स को लेकर जो भी प्रॉब्लम है, तो वेस्टर्न ओवरसीज हमेशा उसकी हेल्प करेगा इस टाइप के टेस्ट कंडक्ट करके, या फिर हम जो और कोई एक्टिविटी करा सकते हैं तो वो सब करके। इवन डू यू बिलीव कि हमारे साल में हर एक ब्रांच के टारगेट हैं, हर एक ब्रांच के साल में कम से कम 150 सेमिनार स्कूल और कॉलेजों में और ट्यूशन सेंटर्स पर जाकर बच्चों को देने हैं, रिलेटेड टू पीडी, पर्सनलिटी डेवलपमेंट या कम्युनिकेशन स्किल्स को लेके, या और आईएएस और पीटी को अवेयर करा के बच्चे को। तो मतलब हम 150 हर एक सेंटर, जहाँ भी मेरे सेंटर, आज की डेट में इंडिया में 7 ऑफिस हैं, तो 7 ऑफिस हैं जहाँ जहाँ जिस सिटी में है, उन सिटीज़ में जाके हम स्कूल्स और कॉलेजेस में, इवन कि आज की डेट में स्कूल और कॉलेज हमें खुद इन्वाइट करते हैं मेल करके या लेटर डाल के या फ़ोन करके, कम टू अस एंड हमारे बच्चों को अवेयर करो। ਬੜਾ ਵਧੀਆ ਉਪਰਾਲਾ ਇੱਕ ਵੈਸਟਰਨ ਓਵਰਸੀਜ਼ ਵੱਲੋਂ ਫੇਰ ਕੀਤਾ ਜਾ ਰਿਹਾ ਜੀ। ਮੈਂ ਦੱਸ ਦਿੰਦਾ, 10 ਜਨਵਰੀ ਨੂੰ ਐਸੇ ਰਾਈਟਿੰਗ ਕੰਪੀਟੀਸ਼ਨ ਅੰਮ੍ਰਿਤਸਰ ਵਿਖੇ
11 ਵਜੇ ਹੋਏਗਾ ਜਿਹੜਾ ਆਇਲਸ ਅਤੇ ਪੀਟੀ ਦੋਨਾਂ ਸਟੂਡੈਂਟਸ ਲਈ ਹੈ, ਤੁਸੀਂ ਉਹਦੇ 'ਚ ਭਾਗ ਲੈਣਾ ਚਾਹੁੰਦੇ ਹੋ ਤਾਂ ਵੀ ਆਪਣੀ ਸੈਲਫ ਅਸੈਸਮੈਂਟ ਲਈ ਇਹਨਾਂ ਤੱਕ ਕਾਲ ਕਰ ਸਕਦੇ ਹੋ। ਇਸ ਤੋਂ ਪਹਿਲੇ ਟੋਪਿਕ ਚੇਂਜ ਕਰੀਏ, ਤੁਸੀਂ ਇੱਕ ਬੜੀ ਅੱਜ ਕਹੂੰਗਾ ਮੈਂ ਵੱਡੀ ਖਬਰ ਦੇ ਰੂਪ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਹੈ ਵੀ ਅੰਬੈਸੀ ਵੀ ਸਖਤ ਹੈ ਜੀ ਅਤੇ ਇਮੀਗ੍ਰੇਸ਼ਨ ਵੀ ਸਖਤ ਹੈ। ਅੰਬੈਸੀ ਵੀਜ਼ਾ ਰਿਜੈਕਟ ਕਰ ਰਹੀ ਹੈ ਅਤੇ ਇਮੀਗ੍ਰੇਸ਼ਨ ਜਿਨ੍ਹਾਂ ਦੇ ਵੀਜ਼ਾ ਲੱਗੇ ਵੀ ਨੇ ਵੈਰੀਫਾਈ ਕਰਕੇ ਜੇ ਕੋਈ ਨਹੀਂ ਠੀਕ ਪਾਇਆ ਜਾਂਦਾ ਤਾਂ ਐਂਟਰੀ ਡਿਨਾਈ ਕਰ ਰਹੀ ਹੈ। ਜੀ ਜੀ ਇਹਦੇ ਤੋਂ ਕਿਵੇਂ ਬੱਚੇ ਜਾਂ ਐਪਲੀਕੈਂਟ ਕਿਵੇਂ ਬਚ ਸਕਦਾ? ਪਹਿਲੀ ਬਾਤ, ਮੇਰੇ ਪਾਸ ਬੋਂਬੇ ਸੇ ਵੀ ਬੱਚੇ ਆ ਰਹੇ ਹੈ, ਮਦਰਾਸ ਸੇ ਵੀ ਆ ਰਹੇ ਹੈ, ਕਲਕੱਤਾ ਸੇ ਵੀ ਆ ਰਹੇ ਹੈ, ਦਿੱਲੀ ਸੇ ਵੀ ਆ ਰਹੇ ਹੈ, ਰਾਜਸਥਾਨ ਸੇ ਵੀ ਆ ਰਹੇ ਹੈ, ਹਰ ਜਗ੍ਹਾ ਸੇ ਔਰ ਹਰਿਆਣਾ ਔਰ ਪੰਜਾਬ ਸੇ ਤੋਂ ਬੱਚੇ ਆ ਰਹੇ ਜੋ ਰਿਜੈਕਸ਼ਨ ਲੈ ਕੇ ਆ ਰਹੇ ਹੈ ਜਿਹੜੇ ਅੰਬੈਸੀ ਨੇ ਰਿਜੈਕਟਡ ਹੈ ਅੱਜ ਦੀ ਡੇਟ ਮੇ। ਅੱਛੀ ਪ੍ਰੋਫਾਈਲ ਕੇ ਵੀਜ਼ਾ ਰਿਜੈਕਟ ਹੈ, ਸਭ ਛੋਟੀ ਛੋਟੀ ਗਲਤੀ ਹੋਏ ਕਾਰਨ, ਔਰ ਮੈਂ ਕਿਸੇ ਏਜੰਟਸ ਕੋ ਯਹਾਂ ਪੇ ਬੁਰਾ ਬੁਰਾ ਨਹੀਂ ਬੋਲੂੰਗਾ। ਆਪਕਾ ਵੀਜ਼ਾ ਲੱਗ ਸਕਤਾ ਹੈ ਕਿ ਇੱਕ ਅੱਛਾ ਕੰਸਲਟੈਂਟ ਆਪਕੇ ਪਾਸ ਹੋ, ਵੇਰੀਏਸ਼ਨ ਆਫ ਕੰਡੀਸ਼ਨਸ ਮੇਂ ਆਪ ਆਪਣੀ ਫਾਈਲ ਡਾਲੋ, ਕੁਛ ਨਾ ਕੁਛ ਥੋੜ੍ਹੀ ਬਹੁਤ ਚੇਂਜਿੰਗ ਹੋ, ਮੇ ਬੀ ਆਪਕਾ ਪ੍ਰੋਗਰਾਮ ਚੇਂਜ ਹੋ। ਜੈਸੇ ਇੱਕ ਬੱਚੇ ਨੇ ਯਹਾਂ ਪੇ ਬੀਕੌਮ ਜਾਂ ਬੀਬੀ ਕੀ ਹੈ, ਉਹ ਬੱਚਾ ਇੰਟਰਨੈਸ਼ਨਲ ਬਿਜ਼ਨਸ ਕਰਨ ਗਿਆ ਹੈ, ਹੋ ਸਕਤਾ ਹੈ ਉਸਕਾ ਗਲੋਬਲ ਬਿਜ਼ਨਸ ਮੈਨੇਜਮੈਂਟ ਮੇਂ ਆ ਜਾਏ, ਹੋ ਸਕਤਾ ਹੈ ਉਸਕਾ ਕਿਆ ਨਾਮ ਹੈ ਨੈਬੂ ਕੋਰਸ ਮੇਂ ਆ ਜਾਏ, ਮਤਲਬ ਜਾਂ ਫਿਰ ਫਾਈਨੈਂਸ਼ੀਅਲ ਹੈਲਥ ਮੈਨੇਜਮੈਂਟ ਮੇਂ ਆ ਜਾਏ। ਤੋ ਇਸ ਟਾਈਪ ਕੇ ਪ੍ਰੋਗਰਾਮਸ ਹੈ ਜੋ ਮਤਲਬ ਹਮੇ ਵੇਰੀਏਸ਼ਨ ਆਫ ਕੰਡੀਸ਼ਨਸ ਮੇਂ ਬੱਚੇ ਕੀ ਡੀਪਲੀ ਡਿਟੇਲਡ ਮੇਂ ਜਾਣਾ ਪੜੇਗਾ, ਬੱਚੇ ਕੀ ਪ੍ਰੀਵੀਅਸ ਹਿਸਟਰੀ ਦੇਖਣੀ ਪੜੇਗੀ, ਬੱਚੇ ਕੀ ਫੈਮਿਲੀ ਕੀ ਹਿਸਟਰੀ ਦੇਖਣੀ ਪੜੇਗੀ, ਉਸ ਹਿਸਾਬ ਸੇ ਹਮ ਬੱਚੇ ਕੋ ਕੋਰਸ ਦੇਂਗੇ ਔਰ ਬੱਚੇ ਕੀ ਅੱਛੇ ਤਰੀਕੇ ਸੇ ਐਸ ਓ ਪੀ ਸਟੇਟਮੈਂਟ ਔਫ ਪਰਪਸ ਬਣੇਗਾ, ਡੈਫੀਨੇਟਲੀ ਸਟੂਡੈਂਟਸ ਕਾ ਵੀਜ਼ਾ ਆਏਗਾ, ਚਾਹੇ ਉਹ ਬੱਚਾ 12th ਪਾਸ ਹੈ, ਚਾਹੇ ਉਹ ਬੈਚਲਰ ਹੈ, ਚਾਹੇ ਬੱਚਾ ਮਾਸਟਰਸ ਕੀ ਹੋਈ ਹੈ। ਤੋ ਕਮ ਟੂ ਅਸ, ਸਭ ਸੇ ਪਹਿਲੇ ਬੱਚਾ ਇਹੀ ਜਾ ਸਕਦਾ ਹੈ ਕਿ ਆਪ ਇਸ ਪਰ ਡਿਟੇਲਡ ਮੈਂ ਡਿਸਕਸ ਕਰੋ ਆਪਣੇ ਕੰਸਲਟੈਂਟਸ ਕੇ ਸਾਥ, ਆਪਣੇ ਕੋਰਸ ਮੈਚ ਕਰੋ। ਜੋ ਨਹੀਂ ਰਿਹਾ ਵੀਜ਼ਾ ਲੱਗਿਆ, ਆਪਣੇ ਡਾਕੂਮੈਂਟ ਲਏ, ਪੈਕਿੰਗ ਕੀਤੀ ਤੇ ਚਲੇ ਗਏ, ਪ੍ਰੋਪਰ ਇਨਫੋਰਮੇਸ਼ਨ ਲੈ ਕੇ ਜਾਣਾ ਪਏਗਾ। ਮੈਂ ਅਭੀ ਸਟੂਡੈਂਟ ਵੀਜ਼ਾ ਕੀ ਬਾਤ ਕਰੂੰ ਜੋ ਰਿਜੈਕਸ਼ਨ ਵਾਲੀ, ਉਸ ਪੇ ਹਮ ਆਏਂਗੇ। ਤੋ ਮਤਲਬ ਆਪਣੇ ਵੀਜ਼ਾ ਲੈਣਾ ਹੈ ਤੋ ਆਪ ਡਿਟੇਲਡ ਮੈਂ ਡਿਸਕਸ ਕਰੋ ਆਪਣੇ ਕੰਸਲਟੈਂਟ ਕੇ ਸਾਥ, ਏਜੰਟਸ ਕੇ ਸਾਥ, ਕਿ ਮੇਰਾ ਕਿਸ ਤਰ੍ਹਾਂ ਸੇ ਕਿਤਨਾ ਕੋਰ ਰਿਲੀਵੈਂਟ ਹੈ, ਕਿਤਨਾ ਰਿਲੀਵੈਂਟ ਕੋਰਸ ਹੈ ਕਿ ਹਾਈ ਕਮਿਸ਼ਨ ਇਸ ਕੋ ਵੀਜ਼ਾ ਦੇ, ਸਾਰੀ ਡਿਟੇਲ ਆਪਣੀ ਫੈਮਿਲੀ ਕੀ, ਆਪਣੇ ਬਾਰੇ ਮੈਂ, ਆਪਣੀ ਐਮਬੈਸੀ ਕੇ, ਆਪਣੀ ਕਾਲਜ ਆਪਣੇ ਬਾਰੇ ਮੈਂ, ਆਪਣੀ ਪ੍ਰੀਵੀਅਸ ਐਜੂਕੇਸ਼ਨ ਕੇ ਬਾਰੇ ਮੈਂ ਆਪ ਆਪਣੇ ਏਜੰਟ ਕੋ ਦੋ। ਇੱਕ ਅੱਛੀ ਚੰਗੀ ਪ੍ਰੋਫਾਈਲ ਅਗਰ ਆਪਕੀ ਬਣਤੀ ਹੈ ਤੋ ਡੈਫੀਨੇਟਲੀ ਵੀਜ਼ਾ ਆਏਗਾ। ਦੂਸਰੀ ਬਾਤ ਆਤੀ ਹੈ ਅਮਨ ਸਰ ਕੀ, ਕਿ ਵੀ ਜਬ ਵੀਜ਼ਾ ਆ ਗਿਆ ਤੋ ਆਪਣੇ ਆਪ ਕੋ ਕੈਸੇ ਪ੍ਰਿਪੇਅਰ ਕਰ ਸਕਤਾ ਹੈ। ਦੇਖੀਏ, ਆਪਕਾ ਵੀਜ਼ਾ ਆ ਗਿਆ, ਅਭੀ ਆਪਨੇ ਸਿਰਫ 25% ਜਾਂ 30% ਜੰਗ ਜਿੱਤੀ, ਅਭੀ 70% ਬਾਕੀ ਹੈ, ਬੈਰੀਅਰ ਹੈ ਏਅਰਪੋਰਟ, ਆਪਨੇ ਕਲੀਅਰ ਕਰਨਾ ਹੈ। ਤੋ ਉਸਕੇ ਲਈ ਆਪਨੇ ਕਿਆ ਕਰਨਾ ਹੈ, ਪਹਿਲੀ ਬਾਤ ਤੋ ਆਪ ਆਪਣੇ ਕੰਸਲਟੈਂਟ ਕੋ ਬੋਲੋ ਕਿ ਬਰੀਫ ਆਪਕੋ ਪੂਰਾ ਡਿਪਾਰਚਰ ਕੇ ਬਾਰੇ ਮੈਂ, ਓਰੀਐਂਟੇਸ਼ਨ ਕੇ ਬਾਰੇ ਮੈਂ ਪੂਰੀ ਆਪਕੋ ਟਾਈਮ ਪੇ ਬਤਾਏ, ਸਹੀ ਤਰੀਕੇ ਸੀ ਕਿ ਬਈ ਆਪਨੇ ਕੌਣ ਕੌਣ ਸੇ ਡਾਕੂਮੈਂਟ ਲੈ ਕੇ ਜਾਣੇ ਹੈ, ਓਰੀਜਨਲ ਲੈ ਕੇ ਜਾਣੇ ਹੈ, ਫੋਟੋ ਕਾਪੀ ਲੈ ਕੇ ਜਾਣੇ ਹੈ। ਤੋ ਆਈ ਵਿਲ ਰਿਕੁਐਸਟ ਕਿ ਆਲ ਅਕੈਡਮਿਕ ਪਾਸਪੋਰਟ ਤੋ ਹੈ ਹੀ ਹੈ, ਇਸਕੇ ਇਲਾਵਾ ਆਇਲਸ, ਇਹ ਸਾਰੇ ਡਾਕੂਮੈਂਟਸ ਆਪ ਆਪਣੇ ਓਰੀਜਨਲ ਕੈਰੀਅਰ ਕੈਰੀ ਕਰੋ, ਪਲੱਸ ਮੈਂ ਆਪਕਾ LOA ਲੈਟਰ ਆਫ ਅਸੈਪਟੈਂਸ, ਆਪਕੀ ਫੀ ਰਿਸਿਪਟ ਔਰ ਆਪਕਾ GIC, ਇਹ ਵੀ ਹੋਣਾ ਚਾਹੀਏ ਆਪਕੇ ਪਾਸ। ਇੱਕ ਸੈਟ ਇਸ ਸਭ ਕਾ ਆਪ ਆਪਣੇ ਪਾਸ ਓਰੀਜਨਲ ਰੱਖੋ, ਇੱਕ ਸੈਟ ਆਪਣੀ ਮੇਲ ਪੇ ਰੱਖੋ ਔਰ ਇੱਕ ਸੈਟ ਆਪਣੀ ਫੈਮਿਲੀ ਕੋ ਦੇ ਕੇ ਜਾਓ। ਬਾਈ ਚਾਂਸ ਕਈ ਵਾਰ ਏਅਰਪੋਰਟ ਪੇ ਬੱਚੇ ਕੇ ਡਾਕੂਮੈਂਟ ਮਿਸ ਵੀ ਹੋ ਜਾਤੇ ਹੈ, ਤੋ ਆਪਕੀ ਮੇਲ ਮੈਂ ਪੜੇ ਹੈ ਦਿਖਾਣੇ ਕੇ ਲੀਏ, ਔਰ ਇਸਕੇ ਇਲਾਵਾ ਆਪਕੀ ਫੈਮਿਲੀ ਕੇ ਪਾਸ ਯਹਾਂ ਪੇ ਵੀ ਹੈ, ਤਾਂ ਕਿ ਕਿਉਂਕਿ ਆਪਨੇ ਕੋਈ ਡਾਕੂਮੈਂਟ ਓਰੀਜਨਲ ਨਿਕਲਵਾਨਾ ਹੈ, ਤੋ ਕਮ ਨਾ ਕਮ ਕਮ ਕਹੀਂ ਨਾ ਕਹੀਂ ਆਪਕੇ ਪਾਸ ਫੋਟੋ ਕਾਪੀ ਆਪਕੇ ਪੇਰੈਂਟਸ ਕੇ ਪਾਸ, ਆਪਕੇ ਬ੍ਰਦਰ ਸਿਸਟਰ ਕੇ ਪਾਸ, ਤੋ ਉਹ ਜਾ ਕੇ ਆਪਕੀ ਹੈਲਪ ਕਰ ਸਕਤਾ ਹੈ ਜਹਾਂ ਸੇ ਡਾਕੂਮੈਂਟ ਨਿਕਲਵਾਨਾ ਹੈ। ਦੂਸਰਾ, ਆਪਨੇ ਜਹਾਂ ਜਾਣਾ ਹੈ, ਆਪਕਾ ਸਪੋਜ਼ ਕਰੋ ਟੋਰੋਂਟੋ ਮੇਂ ਜਾਣਾ ਹੈ, ਟੋਰੋਂਟੋ ਮੇਂ ਜਾਣਾ ਹੈ ਤੋ ਟੋਰੋਂਟੋ ਮੇਂ ਜਾਣਾ ਕਾਹੇ, ਔਰ ਆਪ ਜਹਾਂ ਜਾ ਰਹੇ ਹੋ ਨੀਅਰ ਬਾਈ ਆਪਨੇ ਬਤਾਨਾ ਪੜੇਗਾ ਇਮੀਗ੍ਰੇਸ਼ਨ ਆਫਿਸਰ ਕੋ ਕਿ ਮੈਂ ਯਹਾਂ ਪੇ ਸਟੇ ਕਰੂੰਗਾ। ਬਹੁਤ ਸੇ ਬੱਚੇ, 90% ਬੱਚਾ ਕਿਆ ਹੋਤਾ ਕਿ ਵਹਾਂ ਸੇ ਉਨਕੋ ਕੋਈ ਨਾ ਕੋਈ ਉਸਕਾ ਸਕੂਲ ਕਾ ਕਾਲਜ ਕਾ ਯਾ ਪ੍ਰੀਵੀਅਸ ਕੋਈ ਰਿਸ਼ਤੇਦਾਰ ਵਹਾਂ ਜੋ ਗਿਆ ਹੁਆ ਹੈ ਵੋ ਉਸਕੋ ਅਟੈਂਡ ਕਰਤਾ ਹੈ। ਦੇਖਣਾ ਯੇ ਕਿ ਉਹ ਕਿਤਨੇ ਏਰੀਆ ਮੇਂ ਰਹਿ ਰਿਹਾ ਹੈ, ਪਤਾ ਲਗਾ ਕਿ ਬਈ ਉਹ 70 ਕਿਲੋਮੀਟਰ 100 ਕਿਲੋਮੀਟਰ ਦੂਰ ਰਹਿ ਰਿਹਾ, ਤਾਂ ਇਮੀਗ੍ਰੇਸ਼ਨ ਕਾ ਦਿਮਾਗ ਫਿਰ ਵੀ ਖਟਕ ਸਕਦਾ ਹੈ ਕਿ ਇਸਨੇ ਜਾਣਾ ਤੋ ਯਹਾਂ ਪੇ ਹੈ ਔਰ ਇਹ 100 ਕਿਲੋਮੀਟਰ ਦੂਰ ਜਾ ਕੇ ਰਹੇਗਾ, ਕਿਉਂਕਿ ਇਮੀਗ੍ਰੇਸ਼ਨ ਆਫਿਸਰ ਪੁੱਛਦੇ ਕਿ ਵੇਅਰ ਯੂ ਵਿਲ ਸਟੇ। ਤੋ ਇਹ ਚੀਜ਼ ਹੋਣੀ ਵੀ ਜ਼ਰੂਰੀ ਹੈ ਕਿ ਆਪ ਜਹਾਂ ਜਾ ਰਹੇ ਹੋ ਵੋ ਆਪਕੇ ਸਕੂਲ ਕੇ ਆਸ ਪਾਸ ਕਾ ਆਪਕਾ ਅਕੋਮੋਡੇਸ਼ਨ ਹੋਣਾ ਚਾਹੀਏ, ਤੋ ਇਸਸੇ ਵੀ ਆਪ ਬਚ ਸਕਤੇ ਹੈ। ਤੀਸਰੀ ਬਾਤ, ਆਪ ਕਿਸ ਕਾਲਜ ਮੇਂ ਜਾ ਰਹੇ ਹੋ, ਕਿਸ ਕੋਰਸ ਮੇਂ ਜਾ ਰਹੇ ਹੋ, ਕੋਰਸ ਕੰਟੈਂਟ ਕਿਆ ਹੈ, ਕਾਲਜ ਕੀ ਵੈਬਸਾਈਟ ਕਿਆ ਹੈ, ਓਰੀਐਂਟੇਸ਼ਨ ਕਬ ਹੋਣੀ ਹੈ, ਪਲੀਜ਼ ਕੀਪ ਇਨ ਮਾਇੰਡ ਓਰੀਐਂਟੇਸ਼ਨ ਆਪਨੇ ਅਟੈਂਡ ਕਰਨੀ ਹੈ, ਪਤਾ ਲੱਗਦਾ ਕਿ ਓਰੀਐਂਟੇਸ਼ਨ ਤੋਂ ਪਹਿਲੇ ਨਿਕਲ ਚੁੱਕੀ ਹੈ, ਬੱਚਾ ਬਾਅਦ ਮੇਂ ਜਾ ਰਿਹਾ ਹੈ, ਤੋ ਇਸ ਚੀਜ਼ ਕਾ ਆਪਨੇ ਧਿਆਨ ਰੱਖਣਾ ਹੈ। ਆਪਕੀ ਕਲਾਸ ਨਿਕਲ ਗਈ ਤੋ ਆਪ ਐਕਸਟੈਂਸ਼ਨ ਲੈਟਰ ਕੇ ਸਾਥ ਜਾਈਏ ਕਿ ਤਾਂ ਕਿ ਆਪਕੋ ਆਪ ਵੀਜ਼ਾ ਆਫਿਸਰ ਕੋ ਦਿਖਾ ਪਾਓ, ਮਤਲਬ ਆਪਣਾ ਇਮੀਗ੍ਰੇਸ਼ਨ ਆਫਿਸਰ ਕੋ ਦਿਖਾ ਪਾਓ ਕਿ ਮੇਰੀ ਚਲੋ ਓਰੀਐਂਟੇਸ਼ਨ ਨਿਕਲ ਗਈ, ਮੇਰੀ ਕਲਾਸ ਵੀ ਸਟਾਰਟ ਹੋ ਗਈ, ਲੇਕਿਨ ਸਟਿਲ ਆਈ ਹੈਵ ਦਾ ਟਾਈਮ ਬਿਕੋਜ਼ ਆਈ ਹੈਵ ਦਾ ਐਕਸਟੈਂਸ਼ਨ ਲੈਟਰ। ਤੋ ਇਹ ਸਾਰੀ ਚੀਜ਼ਾਂ ਆਪਣੇ ਲੈ ਕੇ ਜਾਣੀ ਹੈ, GIC ਆਪਣੇ ਲੈ ਕੇ ਜਾਣਾ ਹੈ, ਇਹ ਸਾਰੀ ਕੇ ਸਾਰੀ ਚੀਜ਼ਾਂ ਲੈ ਕੇ ਜਾਓਗੇ ਤਬ ਜਾ ਕੇ ਆਪਕਾ
एयरपोर्ट क्लियर होगा और आपको पता होना चाहिए हर चीज़ का। जा रहे हो तो छोटी छोटी और बता दूँ, वेदर से रिलेटेड भी आप थोड़ा सा रिसर्च करके जाओ, कौन कौन से मतलब कौन कौन से कपड़े आपने रखने हैं, कौन कौन से नहीं रखने हैं, लिक्विड आप लेके नहीं जा सकते। काफ़ी बच्चे क्या करते हैं कि लिक्विड लेके जाते हैं तो वो एयरपोर्ट पर निकाल लेते हैं, तो ये कुछ चीज़ें हैं, आप अपने एजेंट से पूछ लो तो इट विल बी मोर बेटर। इन चीज़ों का ध्यान रखोगे तो आपको प्रॉब्लम नहीं होगी, नहीं तो बाद में बहुत प्रॉब्लम होती है, बच्चा रिसर्च नहीं करता और बाद में पता लगता है कि वहाँ से कई बार डिपोर्ट भी हो जाता है। बिल्कुल, एंट्री डिनाई ना होवे इहदे लई प्रॉपरली गाइडेंस प्रदीप जी ने तुहानूं दित्ती है। इस तों अलावा इन्हां नूं परसनली भी मिलना चाहुंदे हो, इन्हां दे आउण वाले टाइम दे विच कुछ विजिट्स ने, मैं दस दिंदा, नोट कर लिओ, 11 जनवरी सोनीपत ऑफिस, 14 नूं चंडीगढ़, 15 अंबाला, 16 करनाल, उस तों बाद 23 तरीक कुरुक्षेत्र, 24 अमृतसर ते 25 नूं जलंधर। इन्हां विजिट्स तो इलावा तुसीं फिर भी इन्हां नूं मिलना चाहुंदे हो अपॉइंटमेंट लैके मिल सकते हो, अदरवाइज़ 11 तो लैके 25 दे विच ऑलमोस्ट सारे ऑफिसिज़ दे विच विजिट कर रहे हैं। तुसीं इन्हां तक विजिट दे जरिए भी अपनी जानकारी, अपनी प्रॉपरली असैसमेंट लई भी राबता कायम कर सकते हो। प्रदीप जी, ये विजिट्स दे विच जे कोई मिलना चाहुंदा की टाइमिंग्स रहणगियां तुहाडियां? सर 11 बजे से लेके शाम के 5:30 तक मैं ऑफिस में होऊंगा। एक मैं अमृतसर में थोड़ा सा लेट पहुँचूंगा, 12 बजे तक पहुँच पाऊंगा, 12 से 5:30 बजे तक। मैं 6 बजे तक भी रुक सकता हूँ, 7 बजे तक भी रुक सकता हूँ अगर आप आ रहे हैं तो, लेकिन 11 बजे से लेकर 5:30 बजे तक मैं इन ऑफिसेज में होऊंगा। अगेन आप नोट कर ले, 11 तारीख फ्राइडे का दिन है जी सोनीपत, 14 तारीख दिन मंडे है चंडीगढ़, 15 ट्यूसडे अंबाला सिटी, 16 तारीख वेडनसडे मुगल करनाल में, मेरा ऑफिस है करनाल में वहां पे, 23 तारीख वेडनसडे कुरुक्षेत्र, 24 तारीख थर्सडे है आपका जी अमृतसर, और 25 तारीख फ्राइडे जलंधर ऑफिस जी। सो इन विजिट्स तो इलावा भी मिलना चाहते होर भी डेज से अवेलेबिलिटी होंगी है, तुम जो नंबर चल रहा है कॉल करके इन्हों की अवेलेबिलिटी जान सकते हो। हूँ तो अज मेरे ख्याल बहुत जी डिस्कशन कैनेडा बारे हुई है, तो उम्मीद करते हैं थोड़े लिए लाहेवंद भी होएगी। इस तो अलावा थोड़ी जी इन्फॉर्मेशन मैं ऑस्ट्रेलिया नू लैके भी चाहूँगा। सर ऑस्ट्रेलिया क्लियर कट समझ आ रहा है बच्चों के, उधर विच भी कन्फ्यूजन है अज? नहीं देखिए, ऑस्ट्रेलिया में एक चीज़ का आपने ध्यान रखने का, बड़ा साफ है उनका, अभी वेबिनार हुआ था हाई कमीशन का, हमने अटेंड किया था। एक तो वेट प्रोग्राम जो वोकेशनल एजुकेशन ट्रेनिंग है, डिप्लोमा प्रोग्राम है, उसमें वीज़ा सक्सेस रेट बहुत कम है, 30% है। और प्राइवेट कॉलेज में, अगर आप गवर्नमेंट कॉलेज में जाते हो टेफ में, वेट प्रोग्राम में, तो सक्सेस रेट आपका मोर देन 90% है। तो मतलब वेट में अगर आप जा रहे हो डिप्लोमा करने जा रहे हो तो प्लीज़ कीप इन माइंड कि आप जाइए अपना गवर्नमेंट कॉलेज में। इसके अलावा हायर एजुकेशन प्रमोट हो रही है जी, वो प्राइवेट कॉलेज, यूनिवर्सिटीज़ या गवर्नमेंट कॉलेज जिसमें भी आपको मिल रहा है। तो हायर एजुकेशन, जो बच्चा 12th पास है, गो फॉर द बैचलर्स, चाहे वो बैचलर डिप्लोमा लीडिंग टू डिग्री हो या फाउंडेशन लीडिंग टू डिग्री हो या फिर डायरेक्ट बैचलर्स हो। जो बच्चे ग्रेजुएट्स हैं वो दे कैन गो फॉर द मास्टर्स प्रोग्राम, मास्टर प्रोग्राम से नीचे नहीं जा सकते। अगेन वो एली कोर्स लीडिंग टू मास्टर्स बहुत कम अवेलेबल है, फाउंडेशन या पीजी डिप्लोमा या ग्रेजुएट डिप्लोमा लीडिंग टू मास्टर्स पॉसिबल है। तो ये चीज़ें हैं, आपने बैचलर और मास्टर्स में जाओगे इट विल बी मोर बेटर। एक चीज़ मैं जरूर बताना चाहूँगा, बहुत से कंसल्टेंट कम बताते होंगे कि यहाँ पे जो वर्क वीज़ा है 18 मंथ से लेके 4 साल तक है, बहुत कम होंगे जिन्होंने ये डिटेल में बताया, क्योंकि स्टूडेंट्स के ये कन्फ्यूजन होता है कि उनको ये नहीं पता होता कि भाई मेरा वर्क वीज़ा कितना है। पहले हम बात करेंगे, यहाँ देर आर द टू टाइप, जो मैं इमिग्रेशन की साइट्स पर वो चीज़ें बता रहा हूँ। स्टडी कंप्लीट करने के बाद 485 सब क्लास का वीज़ा लगता है स्टडी कंप्लीट करने के बाद। एक है जी ग्रेजुएट वर्क स्ट्रीम और एक है जी पोस्ट स्टडी वर्क स्ट्रीम। तो ग्रेजुएट वर्क स्ट्रीम का मतलब ये है कि आपने कोई ट्रेड कोर्स किया हो, डिप्लोमा किया हो, बैचलर की हो, मास्टर्स की हो, कोई भी की हो, और वो एसओ लिस्ट में है, शॉर्टेज स्किल लिस्ट में है, लॉन्ग टर्म शॉर्टेज स्किल लिस्ट में आता हो, तो आपको अप टू 18 मंथ का वर्क वीज़ा मिलेगा। दैट इज 485 स्टडी कंप्लीट करने के बाद आपका 485 सब क्लास है, जिसमें दो ट्रेड है, एक आपका ग्रेजुएट वर्क स्ट्रीम और दूसरा पोस्ट स्टडी वर्क स्ट्रीम। तो जो ग्रेजुएट वर्क स्ट्रीम है, एसओ लॉन्ग टर्म शॉर्टेज स्किल का कोई भी कोर्स किया हुआ, ट्रेड कोर्स हो, बैचलर्स हो, डिप्लोमा हो, एडवांस डिप्लोमा हो, मास्टर्स हो, कोई भी हो, तो आपको 18 मंथ का वर्क वीज़ा मिलेगा, जिसमें आप आगे फर्दर स्टे कर सकते हैं और अपना सेटलमेंट देख सकते हैं। दूसरा है जी पोस्ट स्टडी वर्क स्ट्रीम, उसके लिए आपको सिर्फ एंड सिर्फ हायर एजुकेशन करनी पड़ेगी, मतलब बैचलर, मास्टर या पीएचडी। अगर आपने बैचलर्स की तो 2 साल का वो पोस्ट स्टडी वर्क वीज़ा मिलेगा, आपने मास्टर्स की तब भी मास्टर यहाँ 2 टाइप की है, मास्टर बाई कोर्स वर्क तो भी आपको 2 साल का वर्क वीज़ा मिलेगा। अगर आपने मास्टर बाई रिसर्च की तो आपको 3 ईयर का पोस्ट स्टडी वर्क वीज़ा मिलेगा, और मास्टर बाई रिसर्च में आप फुल डे फर्स्ट डे से ही काम कर सकते हो ड्यूरिंग स्टडी भी। अगर आपने पीएचडी की तो आपको 4 ईयर का पोस्ट स्टडी वर्क वीज़ा मिलेगा, पीएचडी वालों को 4 साल का वर्क वीज़ा, मास्टर बाई रिसर्च 3 ईयर का, मास्टर बाई कोर्स वर्क या बैचलर
2 ਈਅਰ ਦਾ ਪੋਸਟ ਸਟੱਡੀ ਵਰਕ ਵੀਜ਼ਾ ਜੀ। ਸੋ ਮੇਰੇ ਖਿਆਲ ਡਿਟੇਲ ਦੇ ਵਿੱਚ ਸਾਰੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਈ ਹੈ, ਆਸਟ੍ਰੇਲੀਆ ਨੂੰ ਲੈ ਕੇ ਵੀ ਇਸ ਤੋਂ ਇਲਾਵਾ ਕੋਈ ਇਨਫੋਰਮੇਸ਼ਨ ਹੈ ਤੁਸੀਂ ਸਾਂਝਾ ਕਰ ਸਕਦੇ ਹੋ, ਡਾਇਰੈਕਟਲੀ ਇਹਨਾਂ ਤੱਕ ਰਾਬਤਾ ਕਾਇਮ ਕਰ ਸਕਦੇ। ਮੈਂ ਇੱਕ ਫਿਰ ਬੋਲ ਦੇਣਾ, 11 ਤਰੀਕ 11 ਜਨਵਰੀ ਸੋਨੀਪਤ, 14 ਚੰਡੀਗੜ੍ਹ, 15 ਅੰਬਾਲਾ, 16 ਕਰਨਾਲ, 23 ਕੁਰਕਸ਼ੇਤਰ, 24 ਅੰਮ੍ਰਿਤਸਰ ਅਤੇ 25 ਤਰੀਕ ਜਲੰਧਰ, ਇਹਨਾਂ ਦੀ ਅਵੇਲੇਬਿਲਟੀ ਰਹੇਗੀ, ਤੁਸੀਂ ਮਿਲ ਸਕਦੇ ਹੋ। ਕੁਝ ਸਟੂਡੈਂਟ ਵੀ ਸਾਡੇ ਨਾਲ ਮੌਜੂਦ ਨੇ ਜਿਹੜੇ ਆਲਰੇਡੀ ਇਹਨਾਂ ਨੂੰ ਮਿਲ ਕੇ ਇਹਨਾਂ ਦੀ ਟੀਮ ਤੋਂ ਸਰਵਿਸਿਜ਼ ਲੈ ਚੁੱਕੇ ਨੇ, ਕੀ ਉਹਨਾਂ ਦਾ ਐਕਸਪੀਰੀਅੰਸ ਰਿਹਾ, ਆਓ ਮਿਲ ਕੇ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਹਰਪ੍ਰੀਤ ਕੌਰ ਹੈ ਅਤੇ ਮੇਰਾ ਅੱਜ ਹੀ ਕੈਨੇਡਾ ਦਾ ਵੀਜ਼ਾ ਆਇਆ ਹੈ, ਉਹ ਜਸਟ ਬਿਕੋਜ਼ ਆਫ ਹਰਿਮੰਦਰ ਕਰਕੇ ਅਤੇ ਵੈਸਟਰਨ ਓਵਰਸੀਜ਼ ਕਰਕੇ ਆਇਆ। BSc ਨਰਸਿੰਗ ਕਰਕੇ ਮੈਂ ਗ੍ਰੈਜੂਏਟ ਹਾਂ ਆਲਰੇਡੀ। ਸਰ ਮੇਰਾ ਆਲਰੇਡੀ 2 ਵਾਰ ਰਿਫਿਊਜ਼ ਹੋ ਚੁੱਕਿਆ ਹੈ ਵੀਜ਼ਾ, 1 ਵਾਰ ਹੋਇਆ ਹੈ ਵਰਕ ਪਰਮਿਟ ਦੇ ਵਿੱਚ ਅਤੇ 2nd ਟਾਈਮ ਹੋਇਆ ਹੈ ਸਟੱਡੀ ਪਰਮਿਟ ਦੇ ਵਿੱਚ। ਜਦੋਂ ਮੈਂ ਵਰਕ ਪਰਮਿਟ ਤੋਂ ਰਿਫਿਊਜ਼ ਆ ਗਿਆ ਸੀ ਮੇਰਾ ਕੇਸ, ਆਫਟਰ ਦੈਟ ਮੈਂ ਕਿਸੇ ਏਜੰਟ ਨੂੰ ਟਰਾਈ ਕੀਤਾ, ਕੰਸਲਟ ਕੀਤਾ, ਤਾਂ ਉਹਨਾਂ ਦੀ ਗਾਈਡੈਂਸ ਅਕੋਰਡਿੰਗ ਮੈਂ ਸਟੱਡੀ ਵੀਜ਼ਾ ਅਪਲਾਈ ਕੀਤਾ, ਕਿਉਂਕਿ ਮੇਰੇ ਜਿਹੜੇ ਆਲਰੇਡੀ ਬੈਂਡ ਸਕੋਰ ਸੀਗੇ ਉਹ ਕਹਿੰਦੇ ਇਟਸ ਓਕੇ ਤੁਸੀਂ ਅਪਲਾਈ ਕਰ ਸਕਦੇ ਹੋ। ਬਟ ਉਸ ਤੋਂ ਬਾਅਦ ਫਿਰ ਅਗੇਨ ਮੇਰਾ ਸਟੱਡੀ ਵੀਜ਼ਾ ਵੀ ਰਿਫਿਊਜ਼ ਹੋ ਗਿਆ ਸੀਗਾ। ਮੇਰੀ ਫੈਮਿਲੀ ਦੀ ਬਹੁਤ ਜ਼ਿਆਦਾ ਸਪੋਰਟ ਰਹੀ ਹੈ ਮੈਨੂੰ, ਬਹੁਤ ਜ਼ਿਆਦਾ ਮੇਰੇ ਫਾਦਰ ਮੇਰੇ ਮਦਰ ਨੇ, ਈਵਨ ਉਹਨਾਂ ਨੇ ਕਦੇ ਇੱਦਾਂ ਕਿਹਾ ਹੀ ਨਹੀਂ ਕਿ ਤੂੰ ਟਰਾਈ ਨਾ ਕਰ। ਜਦੋਂ ਆਲਰੇਡੀ 2 ਵਾਰ ਵੀ ਰਿਫਿਊਜ਼ ਹੋ ਗਿਆ ਸੀਗਾ ਕੇਸ ਮੇਰਾ, ਹੁਣ ਜਦੋਂ ਸਟੱਡੀ ਦੇ ਵਿੱਚ ਮੇਰਾ ਰਿਫਿਊਜ਼ ਹੋਇਆ, ਈਵਨ ਜੈਨ ਐਂਡ ਟੇਕ ਜਿਹਦਾ ਹੁਣ ਮੈਨੂੰ ਵੀਜ਼ਾ ਮਿਲਿਆ ਹੈ, ਉਹੀ ਜੈਨ ਐਂਡ ਟੇਕ ਦਾ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ ਸੀ ਪਹਿਲਾਂ, ਤਾਂ ਮੇਰੇ ਮਦਰ ਫਾਦਰ ਨੇ ਮੈਨੂੰ ਸਪੋਰਟ ਕੀਤਾ ਕਿ ਨਹੀਂ ਆਪਾਂ ਟਰਾਈ ਕਰਦੇ ਹਾਂ, ਤੁਸੀਂ ਇੱਕ ਵਾਰ ਜ਼ਰੂਰ ਆਪਾਂ ਵੈਸਟਰਨ ਓਵਰਸੀਜ਼ ਨੂੰ ਕੰਸਲਟ ਕਰਦੇ ਹਾਂ। ਇਹਨਾਂ ਦੀ ਮਿਹਨਤ ਕਰਕੇ, ਇਹਨਾਂ ਦੇ ਹਾਰਡਵਰਕ ਕਰਕੇ ਅੱਜ ਮੈਨੂੰ ਮੇਰਾ ਵੀਜ਼ਾ ਮਿਲਿਆ ਹੈ ਸਟੱਡੀ ਦਾ, ਅਤੇ ਮੈਂ ਦੱਸ ਨਹੀਂ ਸਕਦੀ ਕਿ ਮੈਂ ਕਿੰਨੀ ਜ਼ਿਆਦਾ ਖੁਸ਼ ਹਾਂ। ਮੈਂ ਈਵਨ ਐਕਸਪਲੇਨ ਨਹੀਂ ਕਰ ਸਕਦੀ ਮੇਰੀ ਹੈਪੀਨੈਸ ਨੂੰ, ਮੇਰੀ ਖੁਸ਼ੀ ਨੂੰ, ਮੇਰੇ ਮਦਰ ਫਾਦਰ ਦੇ ਡ੍ਰੀਮ ਨੂੰ, ਜਿਹੜਾ ਇੱਕ ਵਾਰ ਖਤਮ ਹੀ ਹੋ ਗਿਆ ਸੀਗਾ ਸਾਡੇ ਲਈ ਕਿ ਨਹੀਂ ਇਹ ਚੀਜ਼ ਪੋਸੀਬਲ ਹੈ ਨਹੀਂ ਗੀ, ਤੂੰ ਜਾ ਨਹੀਂ ਸਕਦੀ। ਬਹੁਤ ਜ਼ਿਆਦਾ ਕੰਸਲਟੈਂਟਸ ਨੇ ਕਹਿਤਾ ਸੀ ਵੀ ਨਹੀਂ ਤੁਸੀਂ ਹੁਣ ਅਪਲਾਈ ਨਹੀਂ ਕਰ ਸਕਦੇ। ਆਈ ਐਮ ਰੀਅਲੀ ਵੈਰੀ ਥੈਂਕਫੁਲ ਟੂ ਆਲ ਆਫ ਯੂ। ਮੈਂ ਬੋਲ ਕੇ ਨਹੀਂ ਦੱਸ ਸਕਦੀ ਕਿ ਮੈਂ ਕਿੰਨੀ ਜ਼ਿਆਦਾ ਖੁਸ਼ ਹਾਂ, ਮੈਂ ਇਹਨਾਂ ਦਾ ਇਹ ਅਹਿਸਾਨ ਪੂਰੀ ਜ਼ਿੰਦਗੀ 'ਚ ਨਹੀਂ ਭੁੱਲ ਸਕਦੀ। ਮੈਂ ਸਾਰਿਆਂ ਨੂੰ ਕਹੂੰਗੀ ਵੀ ਪਲੀਜ਼ ਪਲੀਜ਼, ਜਿਹਦਾ ਵੀ ਕਿਸੇ ਦਾ ਵਰਕ ਪਰਮਿਟ ਰਿਫਿਊਜ਼ ਹੋਇਆ ਜਾਂ ਸਟੱਡੀ ਵੀਜ਼ਾ ਰਿਫਿਊਜ਼ ਹੋਇਆ, ਪਲੀਜ਼ ਉਹ ਡੈਫੀਨੇਟਲੀ ਇੱਕ ਵਾਰ ਇੱਥੇ ਆ ਕੇ ਸਰ ਨੂੰ ਮੈਮ ਨੂੰ ਕੰਸਲਟ ਜ਼ਰੂਰ ਕਰਨ। ਮਾਈ ਨੇਮ ਇਜ਼ ਨੀਰਜ ਸਿੰਘ, ਆਈ ਹੇਅਰ ਫਰੋਮ ਜੰਮੂ। ਮਾਈ ਆਈਐਲਟੀਸ ਸਕੋਰ ਇਜ਼ 7 ਬੈਂਡਸ, ਨੋਟ ਡਜ਼ਨ 6। ਮਾਈ ਸਟੱਡੀ ਇਜ਼ ਡਿਡ ਐਮਕੋਮ ਇਨ 2012 ਐਂਡ ਆਫਟਰ ਦੈਟ ਆਈ ਵਾਜ਼ ਵਰਕਿੰਗ ਇਨ ਅ ਕੰਪਨੀ। ਬਿਫੋਰ ਕਮਿੰਗ ਟੂ ਵੈਸਟਰਨ ਓਵਰਸੀਜ਼ ਆਈ ਵੈਂਟ ਟੂ ਫਿਊ ਰਿਨਾਊਂਡ ਕੰਸਲਟੈਂਸੀਜ਼ ਐਂਡ ਸਿੰਪਲੀ ਰਿਫਿਊਜ਼ ਦੈਟ ਆਈ ਕੈਨੋਟ ਗੈਟ ਵੀਜ਼ਾ ਫੋਰ ਕੈਨੇਡਾ because of my low academics and a huge study gap. But when I consulted Rashmi ma'am at Western Overseas, she assured me that I can easily get a study visa without any issue. So I just gave a try and see it's in front of you. Amandeep, congratulations. Thank you, sir. You got the visa for Australia. Kaisa lag raha hai? अच्छा लग रहा है सर, एक्साइटेड है सर। मैंने पहले ही सोच रखा था कि सर बाहर जाना है, बट फिर मैंने बहुत कंसल्ट किया, पता किया, पहले पता किया सर मैंने, तो फिर बैंड स्कोर कम था मेरा पहले थोड़ा, तो फिर अभी मैंने कनाडा रिफ्यूजल आया सर मेरा। अच्छा, कनाडा में किस प्रोग्राम में आपका रिफ्यूजल आया? सर BBA में। सर BBA में कितना नुकसान हुआ आपका? सर अराउंड 2 लाख। सर मैं 3 जगह पे गया था सर, तीनों ने बोला कि आपका एडमिशन नहीं हो सकता ऑस्ट्रेलिया में, तो इन परसेंटेज के साथ। क्या रिकमेंड करना चाहोगे स्टूडेंट्स को जो देख रहे हैं? ਵੈਸਟਰਨ ਓਵਰਸੀਜ਼ ਬਹੁਤ ਹੀ ਅੱਛੇ ਕੰਸਲਟੈਂਟ ਹੈ, ਔਰ ਆਪਣਾ ਵੀਜ਼ਾ ਪੱਕਾ ਦਿਲਾ ਕੇ ਰਹੇਗੀ। ਸੋ ਇਸ ਜੇ ਕੋਈ ਸਟੂਡੈਂਟ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ, ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੋਰ ਆ ਰਿਹਾ, ਇਹਨਾਂ ਦੇ ਨੰਬਰ ਚੱਲ ਰਹੇ ਨੇ, ਆਫਿਸ ਐਡਰੈਸ ਚੱਲ ਰਿਹਾ, ਵਿਜ਼ਿਟ ਕਰਕੇ ਵੀ ਜਾਣਕਾਰੀ ਸਾਂਝੀ ਕਰ ਸਕਦੇ ਹੋ। ਪ੍ਰਦੀਪ ਜੀ, ਸ਼ੋਅ ਦਾ ਸਮਾਂ ਨਹੀਂ ਅਲਾਊ ਕਰ ਰਿਹਾ, ਬਟ ਸ਼ੋਅ 'ਚ ਆਉਣ ਲਈ ਧੰਨਵਾਦ। ਥੈਂਕ ਯੂ ਜੀ, ਮੈਂ ਚਾਹਤਾ ਹਾਂ ਕਿ 1 ਘੰਟੇ ਅੱਗੇ ਜ਼ਰੂਰ ਕੋਸ਼ਿਸ਼ ਕਰਾਂਗੇ। ਥੈਂਕ ਯੂ ਜੀ, ਥੈਂਕ ਯੂ। ਧੰਨਵਾਦ ਸਾਰੇ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।